ਸਰਦਾਰ ਅਕਾਲ ਤਖਤ ਦਾ ਆਪਣੀ ਮੰਨਦਾ ਹੈ ਔਰ ਉਹਦਾ ਵਿਰੋਧ ਵੀ ਕੀਤਾ ਸੀ ਸਰ ਬਰਕੀ ਜਾਓ 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 ਹਾਂ ਵੀ ਗਲਤ ਗੱਲ ਆ ਜਿਹੜਾ ਕੌਮ ਨੇ ਨਕਾਰਿਆ ਜਥੇਦਾਰ ਆ ਉਹਨੂੰ ਇੱਥੇ ਲਿਆਉਂਦੇ ਹੀ ਕਿਉਂ ਨੇ ਉਹ ਨਹੀਂ ਲਿਆਉਣਾ ਚਾਹੀਦਾ ਇੱਕ ਪਾਸੇ ਸ਼੍ਰੋਮਣੀ ਕਮੇਟੀ ਸ਼ਾਂਤੀ ਦੀਆਂ ਗੱਲਾਂ ਕਰਦੀ ਆ ਦੂਸਰੇ ਪਾਸੇ ਉਹ ਜੇ ਇੱਥੇ ਬੀਜ ਬੀਜਦੀ ਆ ਜਿਨ੍ਹਾਂ ਦੇ ਨਾਲ ਸਿੱਖ ਜਿਹੜੇ ਪ੍ਰਘਾਟ ਵਿੱਚ ਆਉਣ ਗਰਮ ਜੋਸ਼ੀ ਦੇ ਵਿੱਚ ਆਉਣ ਹੋਰ ਕਿਸੇ ਤੋਂ ਸੰਦੇਸ਼ ਪੜਾ ਲੈਂਦੇ ਹੈੱਡ ਗ੍ਰੰਥੀ ਤੋਂ ਪੜਾ ਲੈਂਦੇ ਪਰ ਜਿਨ੍ਹਾਂ ਨੂੰ ਕੌਮ ਨੇ ਨਕਾਰਿਆ ਜਿਨ੍ਹਾਂ ਨੂੰ ਕੌਮ ਵੇਖਣਾ ਨਹੀਂ ਚਾਹੁੰਦੀ ਜਦੋਂ ਉਹਨਾਂ ਦੇ ਜ਼ਖਮਾਂ ਦੇ ਉੱਤੇ ਉਹ ਸੰਦੇਸ਼ ਪੜੂਗਾ ਉਹਨਾਂ ਦੇ ਜ਼ਖਮਾਂ ਦੇ ਉੱਤੇ ਲੂਣ ਪਾਉਣ ਦੇ ਬਰਾਬਰ ਹੈ ਜਿਹੜੀ ਕੌਮ ਬਰਦਾਸ਼ਤ ਨਹੀਂ ਕਰਦੀ ਲੇਕਿਨ ਉਹਨਾਂ ਕਹਿਣਾ ਹੈ ਕਿ ਜਿਵੇਂ ਆਪਾਂ ਕਿਸੇ ਪਰਿਵਾਰ ਦੇ ਵਿੱਚ ਕਿਸੇ ਦੀ ਮੌਤ ਹੋ ਜਾਂਦੀ ਹੈ ਤੇ ਅਖੰਡ ਪਾਠ ਸਾਹਿਬ ਦਿਖਾਇਆ ਜਾਂਦਾ ਕੋਈ ਵੀ ਇਸ ਤਰ੍ਹਾਂ ਹੁੱਲੜਬਾਜ਼ੀ ਨਹੀਂ ਕੀਤੀ ਜਾਂਦੀ ਲੇਕਿਨ ਇੱਥੇ ਜਿਹੜੀਆਂ ਸ਼ਰਾਰਤੀ ਆਨਸਰ ਉਹ ਕਰਵਾ ਰਹੇ ਹੁੱਲੜਬਾਜ਼ੀ ਦਾ ਮਸਲਾ ਨਹੀਂਗਾ ਕਿ ਗੁਰੂ ਗ੍ਰੰਥ ਸਾਹਿਬ ਦੀ ਇੱਥੇ ਅਕਾਲ ਤਖ਼ਤ ਦੀ ਸ਼ਹਾਦਤ ਹੋਈ ਆ ਇੱਥੇ ਹਜ਼ਾਰਾਂ ਸਿੱਖਾਂ ਨੇ ਸ਼ਹਾਦਤਾਂ ਪਾਈਆਂ ਤੇ ਜੇ ਮੱਥੇ ਰੱਗਣ ਦਾ ਸਿਰ ਵੱਢਣ ਤੇ ਇੱਥੇ ਸ਼ਾਂਤੀ ਭੰਗ ਨਹੀਂ ਹੁੰਦੀ ਤੇ ਇਸ ਤਰ੍ਹਾਂ ਕੁਝ ਨਹੀਂ ਹੁੰਦਾ ਕੌਣ ਉਹ ਸਭ ਗਲਤ ਨੇ ਉਹ ਜਥੇਦਾਰ ਹੀ ਨਹੀਂ ਹੈਗੇ ਨਹੀਂ ਮੰਨਦੀ ਉਹ ਮੈਂ ਪੜ੍ਹ ਕੇ ਸੁਣਾਤਾ ਤੁਸੀਂ ਕਾਪੀ ਲੈ ਲਓ ਉਹਦੀ ਪਰ ਲੋਕਾਂ ਨੇ ਨਹੀਂ ਮੰਨਿਆ ਲੋਕਾਂ ਨੇ ਪਹਿਲਾਂ ਵੀ ਨਕਾਰਿਆ ਉਹ ਜ਼ਬਰਦਸਤੀ ਇੱਥੇ ਲਿਆਉਂਦੇ ਨੇ ਇਹ ਮੈਂ ਕਹਿੰਦਾ ਸ਼੍ਰੋਮਣੀ ਕਮੇਟੀ ਦੀ ਬੜੀ ਵੱਡੀ ਭੁੱਲ ਆ ਲਿਆਉਂਦਾ ਕੌਣ ਆ ਇਹ ਤੇ SGPC ਜਾਂ ਬਾਦਲ ਦਲ ਜਿਹੜਾ ਉਹ ਲਿਆਉਂਦਾ ਉਹਨਾਂ ਦੀ ਭੁੱਲ ਆ ਬਰਾਗੜੀ ਕਾਂਡ ਦਾ ਕੋਈ ਦੋਸ਼ੀ ਨਹੀਂ ਫੜਿਆ ਗਿਆ ਅਜੇ ਤੱਕ ਪਿਛਲੀ ਸਰਕਾਰ ਨੇ ਪਰਦਾ ਪਾਤਾ ਅਗਲੀ ਸਰਕਾਰ ਕੀ ਕਰਦੀ ਹੈ ਰਾਮ ਰਹੀਮ ਦੇ ਉੱਤੇ ਦੋਸ਼ ਆ ਰਿਹਾ ਕਿ ਉਹਨੇ ਕਾਰਵਾਈ ਕਰਾਈ ਦੇਖੋ ਪਿਛਲੀ ਸਰਕਾਰ ਦੇ ਵਿੱਚ 150 ਤੋਂ ਵੱਧ ਵਾਰੀ ਬੇਅਦਬੀ ਹੋਈ ਹੈ ਵਾਹਿਗੁਰੂ ਔਰ ਕੋਈ ਵੀ ਦੋਸ਼ੀ ਬਰਗਾੜੀ ਵਾਲਾ ਜਾਂ ਜਿਨ੍ਹਾਂ ਨੇ ਉੱਥੇ ਸਿੰਘ ਸ਼ਹੀਦ ਕੀਤੇ ਪੁਲਿਸ ਨੇ ਕਿਸੇ 'ਤੇ ਕੋਈ ਕਾਰਵਾਈ ਨਹੀਂ ਹੋਈ ਉਲਟਾ ਜਿਹੜੇ ਲੋਕਾਂ ਨੇ ਰੋਸ ਕੀਤਾ ਉਹਨਾਂ ਦੇ ਦੇਸ਼ ਧਰੋਹ ਦੇ ਕੇਸ ਉਹਨਾਂ ਨੂੰ ਜੇਲ੍ਹਾਂ ਵਿੱਚ ਉਹਨਾਂ ਨਾਲ ਧੱਕੇਸ਼ਾਹੀ ਜ਼ਬਰਦਸਤੀ ਇਸ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਪਿਛਲੀ ਸਰਕਾਰ ਵੱਲੋਂ ਸੋ ਇਸ ਸਰਕਾਰ ਨੇ ਵੀ ਵਾਅਦੇ ਕੀਤੇ ਸੀ ਜਦੋਂ ਇਹ ਸੱਤਾ ਵਿੱਚ ਨਹੀਂ ਸੀ ਕਿ ਬਣਦਿਆਂ ਸਾਰ ਅਸੀਂ ਇਹ ਸਭ ਤੋਂ ਪਹਿਲਾਂ ਇਹ ਕੰਮ ਕਰਾਂਗੇ ਪਰ ਪਤਾ ਨਹੀਂ ਕਿਉਂ ਅਜੇ ਉਹ ਕੁੰਭਕਰਨ ਦੀ ਨੀਂਦ ਅਮਰਿੰਦਰ ਸਿੰਘ ਸੁੱਤਾ ਪਿਆ ਸੀ ਬਰਗਾੜੀ ਇੱਕ ਜੂਨ ਨੂੰ ਇਕੱਠ ਕਰਕੇ ਅਸੀਂ ਦੁਬਾਰਾ ਉਹਨੂੰ ਯਾਦ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਇੱਕ ਮਹੀਨੇ ਦਾ ਅਸੀਂ ਉਹਨੂੰ ਅਲਟੀਮੇਟਮ ਦਿੱਤਾ ਇੱਕ ਸਾਡਾ ਵਫਦ ਵੀ ਉਹਨੂੰ ਮਿਲਣ ਵਾਸਤੇ ਜਾਊਗਾ ਅਗਰ ਜਾਗ ਫਿਰ ਵੀ ਸਰਕਾਰ ਦੇ ਨਹੀਂ ਖੁੱਲਦੀ ਤੇ ਖਾਲਸਾ ਪੰਥ ਜਿਹੜਾ ਉਹ ਸ਼ਾਂਤਮਈ ਢੰਗ ਦੇ ਨਾਲ ਜਿਹੜਾ ਆਪਣਾ ਰਾਹ ਤਿਆਰ ਕਰੇ ਸਾਰੇ ਰਾਮ ਰਹੀਮ ਨੂੰ ਪਛਾਣ ਲਈ ਲੱਗੇ ਨੇ ਰਾਮ ਰਹੀਮ ਵਰਗੇ ਹੋਰ ਵੀ ਬਹੁਤ ਨੇ ਇੱਕ ਰਾਮ ਰਹੀਮ ਨਹੀਂ ਸਿੱਖ ਕੌਮ ਨੂੰ ਕਈ ਰਾਮ ਰਹੀਮਾਂ ਤੋਂ ਖਤਰਾ ਇੱਕ ਤੋਂ ਖਤਰਾ ਨਹੀਂ ਸੋ ਕੌਮ ਬੜੀ ਸਮਰੱਥ ਆ ਖਾਲਸੇ ਪੰਥ 'ਚ ਬੜੀ ਵੱਡੀ ਤਾਕਤ ਆ ਸੋ ਤੁਸੀਂ ਘਬਰਾਓ ਨਾ ਖਾਲਸਾ ਆਪਣੇ ਫੈਸਲੇ ਆਪ ਕਰਨ ਜਾਣਦਾ ਇਹਨੂੰ ਸਾਰੀ ਅਕਲ ਆ ਅਗਲਾ ਸਰਬੱਤ ਖਾਲਸਾ ਕਦੋਂ ਤੱਕ ਬੁਲਾਉਣਗੇ ਹਾਂ ਕੋਈ ਗੱਲ ਨਹੀਂ ਅਸੀਂ ਸਲਾਹ ਕਰਕੇ ਅਗਲੇ ਸਰਬੱਤ ਖਾਲਸੇ ਦਾ ਵੀ ਐਲਾਨ ਕਰਾਂਗੇ ਚਲੋ ਅਸੀਂ ਗਏ ਸੀ ਨਹੀਂ ਮੈਂ ਨਹੀਂ ਗਿਆ ਮੈਂ ਤਾਂ ਰੋਕਿਆ ਸਾਰੀ ਸੰਗਤ ਨੂੰ ਵੀ ਕੋਈ ਗ੍ਰੰਥੀ ਕੋਈ ਪਾਠੀ ਕੋਈ ਰਾਗੀ ਕੋਈ ਕਮੇਟੀ ਕੋਈ ਗੁਰਦੁਆਰਾ ਕੋਈ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉਹਨੂੰ ਨਹੀਂ ਦੇਣਾ ਚਾਹੀਦਾ ਸਿੱਖਾਂ ਨੂੰ ਜਿਹੜਾ ਵੀ ਦਊਗਾ ਉਹਨੂੰ ਅਕਾਲ ਤਖ਼ਤ ਸਾਹਿਬ ਦੇ ਉੱਤੇ ਉਹਨੂੰ ਅਸੀਂ ਬੁਲਾ ਬਿਲਕੁਲ ਅਸੀਂ ਵਿਚਾਰ ਕਰਾਂਗੇ ਇਹਦੇ ਬਾਰੇ ਸਮੇਂ ਧਾਰਮਿਕ
जो होना चाहिए लगे हुआ है फार्मासिस्ट उठे बैठा होना।